ਜੀ ਵਾਕਿਆ ਜਨਾਬ ਹਜ਼ਰਤ ਯੂਸਫ ਅਲੈਹਿ ਸਲਾਮ ਦਾ ਜਿਸ ਵੇਲੇ ਹਜ਼ਰਤ ਯੂਸਫ ਅਲੈਹਿ ਸਲਾਮ ਦੇ ਭਰਾਵਾਂ ਨੇ ਜੰਗਲ ਵਿੱਚੋਂ ਆ ਕੇ ਸ਼ਾਮ ਨੂੰ ਅਤੇ ਆਪਣੇ ਬਾਪ ਨੂੰ ਉਹ ਖੂਨ ਦੇ ਭਿੱਜਿਆ ਕੁੜਤਾ ਦੱਸਿਆ ਅਤੇ ਜਨਾਬ ਹਜ਼ਰਤ ਯਾਕੂਬ ਅਲੈਹਿ ਸਲਾਮ ਹੋਰੀ ਵੇਖ ਕੇ ਧਿਆਨ ਮਾਰਿਆ ਕਮੀਜ਼ ਨੂੰ ਖਿਲਾਰ ਕੇ ਅਤੇ ਆਪ ਫਰਮਾਉਂਦੇ ਨੇ ਉਹ ਬੜਾ ਹੀ ਸਿਆਣਾ ਭਗਿਆੜ ਸੀ ਜਿਹਨੇ ਕਮੀਜ਼ ਅੰਡੋਲ ਲਾ ਲਈਏ ਇਹਨੂੰ ਦੰਦ ਨਹੀਂ ਲੱਗਾ ਅਤੇ ਯੂਸਫ ਸਾਰਾ ਹੀ ਉਹ ਖਾ ਗਿਆ ਭਰਾਵਾਂ ਨੂੰ ਪਤਾ ਲੱਗਾ ਕਿ ਇਹ ਸਾਡੇ ਤੋਂ ਗੱਲ 'ਤੇ ਲੈਣੀ ਨਹੀਂ ਇਹ ਬਦਨਾਮੀ ਸਾਡੇ ਸਿਰ 'ਤੇ ਲੈਣੀ ਅਵੇ ਕੇ ਅਤੇ ਚੱਲੀਏ ਕੋਈ ਕੋਸ਼ਿਸ਼ ਕਰੀਏ ਜੇ ਸਾਡੇ ਤੋਂ ਇਹ ਪਾਰ ਲੈ ਜਾ ਬਾਹਰ ਜਾਂਦੇ ਨੇ ਜੰਗਲ ਦੇ ਵਿੱਚ ਇੱਕ ਬੜਾ ਮਾੜਾ ਅਤੇ ਕਮਜ਼ੋਰ ਭਗਿਆੜ ਸੀ ਉਹ ਉਹਨਾਂ ਨੇ ਫੜ ਕੇ ਅਤੇ ਲੈ ਲਿਆ ਉਹ ਭਗਿਆੜ ਬੜੀ ਦੂਰ ਯਮਨ ਵਿੱਚੋਂ ਆਇਆ ਸੀ ਉਹਨੂੰ ਦੱਸ ਪਈ ਸੀ ਕਿ ਤੇਰਾ ਭਰਾ ਹੈ ਜਿਹੜਾ ਉਹ ਫੌਤ ਹੋ ਗਿਆ ਅਤੇ ਉਹਦਾ ਉਹ ਪਤਾ ਲੈਣ ਆਇਆ ਸੀ ਅਤੇ ਉਹ ਜਨਾਬ ਹਜ਼ਰਤ ਯਾਕੂਬ ਅਲੈਹਿ ਸਲਾਮ ਦੇ ਸਾਹਿਬਜ਼ਾਦਿਆਂ ਨੇ ਫੜ ਕੇ ਅਤੇ ਆਪਣੇ ਬਾਪ ਦੇ ਕੋਲ ਲੈਂਦਾ ਕਿ ਇਹ ਸਾਡੇ ਭਰਾ ਦਾ ਖੂਨੀ ਹੈ ਇਹਨੇ ਖਾਧਾ ਜਨਾਬ ਹਜ਼ਰਤ ਯਾਕੂਬ ਅਲੈਹਿ ਸਲਾਮ ਹੋਰੀ ਉਸ ਭਗਿਆੜ ਦੇ ਨਾਲ ਗੱਲ ਕਰਦੇ ਨੇ ਹਾਂਜੀ ਭਾਜੀ ਉਜਾੜ ਕੇ ਵਸਦੇ ਐ ਕੀਤਾ ਖੌਫ ਨਾ ਰੱਬ ਮੋਇਲ ਦਾ ਤੂੰ ਸ਼ਾਮ ਪਾਈ ਤੇ ਸਿਰ ਵੱਡਿਆ ਏ ਸ਼ਾਮ ਜ਼ਮੀਨ ਦਾ ਤੂੰ ਏ ਲਖਤੇ ਜਿਗਰ ਯਾਕੂਬ ਦਾ ਓ ਚਿਰ ਆਈ ਤੇ ਖਾਦੋਈ ਵੀਰ ਸੋਨਾ ਓ ਬਿਨਿਆ ਮੀਨ ਦਾ ਤੂੰ ਸ਼ਕਲ ਹੈ ਮਰਗ ਓ ਲੈਲ ਦਾ ਤੂੰ ਤੇ ਮੂੰਹ ਪਾ ਗਿਓ ਪਾਰਾ ਮੁਰਸਲਾਂ ਦਾ ਆਹੋ ਮਰਗ ਫਿਰ ਤੂੰ ਖਤਨ ਚੀਨ ਦਾ ਤੂੰ ਐ ਓ ਕਾਤਲਾ ਖੂਨੀਆਂ ਜ਼ਾਲਮਾ ਓ ਭਾਰ ਚੁੱਕ ਲਿਆਈ ਦੁਨੀਆਂ ਦੀਨ ਦਾ ਤੂੰ ਤੇ ਨਾ ਹੱਕ ਸਿੱਤਮ ਦਾ ਪਵੇ ਕਸਾਸ ਭਰਨਾ ਸੁਣਿਆ ਹੁਕਮ ਨਾਈ ਏ ਮੁਰਸਲੀਨ ਦਾ ਤੂੰ ਕਲੀ ਕਲੀ ਕਰਕੇ ਬੇਰਾ ਭਰੇ ਹੋਈ ਪੇਟ ਤਾਈ ਤੇ ਤੋੜ ਗੁੱਲ ਰਖਸ਼ਾ ਯਾਸਮੀਨ ਦਾ ਤੂੰ ਤੇ ਜਨਾਬ ਹਜ਼ਰਤ ਯਾਕੂਬ ਅਲੈਹਿ ਸਲਾਮ ਹੋਰੀ ਫਗਿਆੜ ਨੂੰ ਕਹਿੰਦੇ ਨੇ ਤੈਨੂੰ ਜੇ ਭੁੱਖ ਗੋਸ਼ਤ ਦੀ ਤੇ ਮੇਰੇ ਕੋਲ ਆ ਜਾਣਾ ਕੀ ਕਰਦਾ
तेनू ओ गोश्त नाल रजाउंदा मैं जेकर आ भुखा खाण पीणदा तू आदम इसमसी मारदा एक प्याला ਉਸਮਾਨ ਵੱਲ ਮੂੰਹ ਕਰਕੇ ਰੱਬੁਲ ਇੱਜ਼ਤ ਦੀ ਬਾਰਗਾਹ ਵਿੱਚ ਦੁਆ ਮੰਗਦਾ ਹੈ ਕਿ ਯਾ ਰੱਬੁਲ ਇੱਜ਼ਤ ਮੈਨੂੰ ਜ਼ਬਾਨ ਬਖਸ਼ੋ ਮੈਂ ਤੇਰੇ ਪੈਗੰਬਰ ਦੇ ਨਾਲ ਇੱਕ ਗੱਲ ਕਰਾਂ ਕੀ ਗੱਲ ਕਰਦਾ ਹੈ ਹਾਂਜੀ ਗੁਰਗ ਤੂੰ ਅਸਮਾਨ ਦੇ ਪਲ ਕਰਕੇ ਰੋ ਰੋ ਛਮਾ ਛਮੀਰ ਬਹਾਉਂਦਾਈ ਦੁਨੀਆ ਖੁਜੀਆਂ ਕਾਲ ਦੇ ਓ ਬਖਸ਼